ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਆ, ਤੁਸੀਂ ਕਿੱਥੋਂ ਬਿਲੋਂਗ ਕਰਦੇ ਆ? ਮੇਰਾ ਨਾਮ ਕੁਲਵਿੰਦਰ ਕੌਰ ਆ, ਮੈਂ ਚਾੜ ਕੇ ਆ ਤੇ ਰਹਿਣ ਵਾਲੀ ਆ। ਏਟੀਐਮ ਲੈਣ ਤੋਂ ਪਹਿਲਾਂ ਤੁਹਾਨੂੰ ਕਿਹੜੀ ਕਿਹੜੀ ਪ੍ਰੋਬਲਮ ਸੀ? ਮੈਨੂੰ ਮੇਰੇ ਕਿਡਨੀ ਚ ਪਥਰੀ ਸੀਗੀ। ਹਾਂਜੀ। ਮੇਰਾ ਬੀਪੀ ਵੱਧਦਾ ਸੀਗਾ। ਠੀਕ ਆ ਜੀ। ਤਾਂ ਫੇਰ ਮੇਰੇ ਲੱਤਾਂ ਪੈਰਾਂ ਨੂੰ ਵੀ ਸੋਜ ਪੈ ਗਈ ਸੀਗੀ। ਠੀਕ ਆ ਜੀ। ਤਾਂ ਫੇਰ ਮੇਰੇ ਸਿਰ ਦਰਦ ਬਹੁਤ ਰਹਿੰਦਾ ਸੀਗਾ। ਅੱਛਾ ਜੀ। ਮੈਨੂੰ ਇਹਨਾਂ ਨਾਲ ਇਹਦੀ ਦਵਾਈ ਦੇ ਨਾਲ ਬਹੁਤ ਜ਼ਿਆਦਾ ਫਰਕ ਪਿਆ। ਹੋਰ ਕਿਹੜੀ ਪ੍ਰੋਬਲਮ ਸੀ? ਹੋਰ ਮੈਨੂੰ ਪ੍ਰੋਬਲਮ ਇਹ ਸੀ, ਮੇਰੇ ਸਿਰ ਦਰਦ ਨਹੀਂ ਸੀ ਹਟਦਾ ਹੁੰਦਾ, ਬੀਪੀ ਵੱਧਦਾ ਸੀ, ਝੂਰ ਕੈਸਟ ਸੀਗਾ। ਠੀਕ ਆ ਜੀ। ਤੇ ਤੁਸੀਂ ਕੋਈ ਇੰਗਲਿਸ਼ ਮੈਡੀਸਿਨ ਲੈਂਦੇ ਸੀ ਇਹਨਾਂ ਲਈ? ਹਾਂ, ਮੈਂ ਲੈਂਦੀ ਸੀ ਇੰਗਲਿਸ਼। ਤੇ ਹੁਣ ਜਿੱਦਾਂ ਤੁਹਾਡੇ ਕਿਡਨੀ ਚ ਪੱਥਰੀ ਸੀ, ਉਹਦੇ ਤੁਹਾਡੇ ਦਰਦ ਬਹੁਤ ਹੁੰਦੀ ਸੀ, ਹੁਣ ਕਿੱਦਾਂ ਕਿਡਨੀ ਦੀ ਪੱਥਰੀ ਦੀ ਦਰਦ ਜਿਹੜੀ ਆ ਉਹ ਠੀਕ ਹੋਈ? ਹਾਂ, ਕਿਡਨੀ ਦੀ ਪੱਥਰੀ ਦੀ ਦਰਦ ਮੇਰੇ ਠੀਕ ਆ। ਹਾਂ, ਝੂਰ ਕੈਸਟ ਵੀ ਮੇਰਾ ਠੀਕ ਆ, ਤਾਂ ਜਾਣੀ ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ। ਕਿੰਨੇ ਪਰਸੈਂਟ ਫਰਕ ਲੱਗਾ ਤੁਹਾਨੂੰ? ਮੈਨੂੰ 80% ਫਰਕ ਹੋ ਗਿਆ। ਤੇ ਕਿੰਨੇ ਟਾਈਮ ਤੋਂ ਤੁਸੀਂ ਏਟੀਐਮ ਲੈ ਰਹੇ ਆ? ਇਹ ਜੀ ਮੈਨੂੰ 1.5 ਮਹੀਨਾ ਹੋ ਗਿਆ ਲੈਂਦੀ ਨੂੰ। ਠੀਕ ਹੈ। ਤੇ ਹੁਣ ਜਿਹੜੀ ਤੁਹਾਡੀ ਵੀਡੀਓ ਦੇਖ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਮੈਂ ਉਹਨਾਂ ਨੂੰ ਇਹ ਕਹੂੰਗੀ ਵੀ ਇਹ ਦਵਾਈ ਵਧੀਆ ਹੈ, ਤੁਸੀਂ ਦਵਾਈ ਲੈ ਕੇ ਇਹ ਪੀ ਕੇ ਦੇਖੋ, ਇਹਦੇ ਨਾਲ ਤੁਸੀਂ ਸਹੀ ਹੋ ਜਾਓਗੇ, ਕੋਈ ਵੀ ਬਿਮਾਰੀ ਆ ਤੁਹਾਨੂੰ ਆਰਾਮ ਆਊਗਾ ਇਹਦੇ ਨਾਲ। ਠੀਕ ਹੈ। ਮੈਂ ਪਰ ਦਵਾਈ ਬਹੁਤ ਖਾਧੀ ਸੀ, ਪਰ ਮੈਨੂੰ ਫਰਕ ਨਹੀਂ ਸੀ ਪੈਂਦਾ, ਪਰ ਇਸ ਦਵਾਈ ਨੇ ਮੈਨੂੰ ਬਹੁਤ ਜ਼ਿਆਦਾ ਫਰਕ ਦਿੱਤਾ। ਮੈਂ ਕੋਈ ਦਵਾਈ ਹੁਣ ਇੰਗਲਿਸ਼ ਦਵਾਈ ਨਹੀਂ ਖਾਂਦੀ ਸੀਗੀ, ਤਾਂ ਹੁਣ ਮੈਂ ਠੀਕ ਹੋਊਂ। ਠੀਕ ਆ ਜੀ। ਥੈਂਕ ਯੂ ਜੀ।